Yeah.
ਮੱਕਾ ਪਾਕ ਜਦੋਂ ਇਹ ਮਹੀਨਾ ਮੁਬਾਰਕ ਹੁੰਦਾ ਹੈ ਰਬੀਉਲ ਅਵਲ ਸ਼ਿੰਗਾ ਤੇ ਮੱਕਾ ਪਾਕ ਤੇ ਮਦੀਨਾ ਸ਼ਰੀਫ ਸਜਾਇਆ ਜਾਂਦਾ ਸੀ ਉਹ ਜਿੱਥੇ ਨਬੀ ਪਾਕ ਦੀ ਰਹਿਸ਼ ਸੀ ਉਹ ਜਗ੍ਹਾ ਵੀ ਸਜਾਈ ਜਾਂਦੀ ਸੀ ਅਸਾਂ ਇਹ ਚੰਡੀਆਂ ਇਹ ਚੰਡੇ ਇਹ ਮਿਲਾਦ ਸ਼ਰੀਫ ਦੀਆਂ ਮਹਿਫਲਾਂ ਮੁਨਾਕਦ ਐਵੇਂ ਨਹੀਂ ਕਰਦੇ ਅਲਹਮਦੁਲਿਲਾ ਸਿਆਣਿਆਂ ਦੇ ਨੇ ਜਿਹਦੇ ਘਰ ਬਾਲ ਹੋਵੇ ਖੁਸ਼ੀ ਉਹਨੂੰ ਹੀ ਹੁੰਦੀ ਹੈ ਜਾਂ ਚਾਚਿਆਂ ਬਾਬਿਆਂ ਨੂੰ ਖੁਸ਼ੀਆਂ ਹੁੰਦੀਆਂ ਨੇ ਅੱਜ ਸੁਨਤ ਵਾ ਜਮਾਤ ਕੁਛ ਨਸੀਬ ਐਸਾ ਮਜ਼ਹਬ ਹੈ ਕਿ ਯੂੰ ਹੀ ਰਬੀਉਲ ਅਵਲ ਸ਼ਰੀਫ ਦਾ ਚਾਂਦ ਨਜ਼ਰ ਆ ਜਾਏ ਤੇ ਗਲੀਆਂ ਮਹੱਲੇ ਮਸਾਜਿਦ ਸਜਾਏ ਜਾਂਦੇ ਨੇ ਪਰ ਇੱਕ ਮੈਂ ਗੱਲ ਜ਼ਰੂਰ ਕਰਾਂਗਾ ਅਸਾਂ ਗਲੀਆਂ ਦੇ ਮਹੱਲ ਔਰ ਮਸਾਜਿਦ ਇਹਦੀ ਸਜਾ ਦੀ ਹੱਦ ਤੱਕ ਨਾ ਰਵੀਏ ਮੇਰਾ ਨਬੀ ਗਲੀਆਂ ਤੇ ਮਸਜਿਦਾਂ ਸਜਾਵਣ ਨਹੀਂ ਆਇਆ ਮੇਰਾ ਸੋਹਣਾ ਨਬੀ ਸਾਡੇ ਅੰਦਰ ਵਾਲੇ ਵਿਹੜੇ ਸਜਾਉਣ ਆਇਆ ਹੈ ਮੇਰੇ ਨਬੀ ਸੋਹਣੇ ਆ ਕੇ ਦੱਸਿਆ ਇਹ ਹਰਾਮ ਹੈ ਹਲਾਲ ਹੈ ਪਾਕੀ ਹੈ ਪਲੀਤੀ ਹੈ ਬਗੈਰਤੀ ਹੈ ਬੇਹਯਾਈ ਹੈ ਤੁਹਾਡੇ ਮੇਰੇ ਲਜਪਾਲ ਕਰੀਮ ਆਕਾ ਨੇ ਆ ਕੇ ਦੱਸਿਆ ਅੱਜ ਮਿਲਾਦ ਤੇ ਜਗ੍ਹਾ ਤੇ ਜਗ੍ਹਾ ਤੇ ਹੁੰਦਾ ਹੈ ਪਰ ਮਿਲਾਦ ਆ ਜਿਹੜਾ ਮਿਲਾਦ ਵਾਲਾ ਹੈ ਉਹਦੀ ਸੀਰਤ ਔਰ ਉਸਦਾ ਮਕਸਦ ਪਿਆਰ ਅਸਾਂ ਨਹੀਂ ਕਰਦੇ ਬੜੇ ਸ਼ਾਹੋ ਨਾਜ਼ ਐਸੀ ਗੁਫ਼ਤਗੂ ਹੁੰਦੀ ਹੈ ਕਿ ਨਬੀ ਲਜਪਾਲ ਕਰੀਮ ਆਕਾ ਸਾਨੂੰ ਆ ਕੇ ਦੱਸਿਆ ਕਿ ਹਜ਼ੂਰ ਦੇ ਆਉਣ ਤੋਂ ਪਹਿਲੇ ਵਾਲਦੈਨ ਦਾ ਕੀ ਹਾਲ ਸੀ ਬੱਚਿਆਂ ਨੂੰ ਲੋਕ ਜ਼ਬਰ ਗੌਰ ਕਰਦੇ ਪਏ ਸਨ ਕੋਈ ਕਰਕੇ ਨਾ ਬਦਲ ਯਾਰ ਸਮਝੋ ਤੂੰ ਮੇਰੇ ਮਦਰੀ ਗੱਲ ਜਪਾਲ ਕਰੀਮ ਆਕਾ ਆਏ ਤੇ ਸੋਹਣੇ ਨਬੀ ਨੇ ਜਪਾਲ ਕਰੀਮ ਆਕਾ ਫਰਮਾਇਆ ਓਏ ਬਾਪ ਤੇ ਮਾਂ ਇਹ ਕੋਈ ਵੇਚਣ ਵਾਲੀ ਚੀਜ਼ ਨਹੀਂ ਹੈ ਮੰਡੀਆਂ ਦੇ ਦੇਣ ਵਾਲੀ ਚੀਜ਼ ਨਹੀਂ ਕਿਸੇ ਦੇ ਕਾਮੇ ਰੱਖਣ ਵਾਲੀ ਚੀਜ਼ ਨਹੀਂ ਇਹ ਤੇ ਉਹ ਚੀਜ਼ ਹੈ ਕਿ ਮਾਂ ਅੱਜ ਜੰਨਤ ਤਹਤਾ ਅਕਦਾਮਿਲ ਉਮਹਾਤ ਮੇਰੇ ਮਦਨੀ ਫਰਮਾਇਆ ਹਜ਼ੂਰ ਦੇ ਆਉਣ ਤੋਂ ਪਹਿਲੇ ਕੀ ਹਾਲ ਸੀ ਤੇ ਮੇਰੇ ਨਬੀ ਪਾਕ ਆ ਕੇ ਦੱਸਿਆ ਕਿ ਮਾਂ ਤੇ ਓਏ ਜਿਹਦੇ ਕਦਮਾਂ ਦੇ ਥੱਲੇ ਰੱਬ ਜੰਨਤ ਰੱਖ ਛੱਡੀ ਹੈ ਮਾਂ ਦੇ ਕਦਮਾਂ ਥੱਲੇ ਜੰਨਤ ਔਰ ਪਿਓ ਦੇ ਬਾਰੇ ਗੱਲ ਆਈ ਤੇ ਮੇਰੇ ਮਦਨੀ ਫਰਮਾਇਆ ਜਾਓ ਸਾਹਬਾ ਆਪਣੇ ਘਰ ਚਲੇ ਜਾਓ ਅੱਜ ਜੰਨਤ ਦਾ ਦਰਮਾਨਾ ਦਰਮਿਆਨੀ ਦਰਵਾਜ਼ੋ ਦੇ ਜ਼ਿਆਦਤ ਕਰੋ ਸਾਹਬਾ ਤੇ ਕਿ ਉਹਨੇ ਲਾਜੇ ਪਾਇਆ ਕਿ ਸਾਡੇ ਘਰ ਵੀ ਜੰਨਤ ਦੇ ਦਰਵਾਜ਼ੇ ਖੁੱਲੇ ਨੇ ਮੇਰੇ ਮਦਨੀ ਕਰੀਮ ਆਕਾ ਫਰਮਾਇਆ ਹਦੀਸ ਪਾ ਕੇ ਮੇਰੇ ਨਬੀ ਲਜਪਾਲ ਕਰੀਮ ਆਕਾ ਫਰਮਾਇਆ ਘਰ ਜਾਓ ਆਪਣੇ ਪਿਓ ਦੇ ਚਿਹਰੇ ਦੀ ਜ਼ਿਆਦਤ ਕਰੋ ਰੱਬ ਹਜ ਦਾ ਸਵਾਬ ਅਤਾ ਫਰਮਾਏਗਾ ਔਰ ਇੰਜੀ ਹੈ ਜਿਵੇਂ ਤੁਸੀਂ ਖਾਨਾ ਕਾਬਾ ਦੀ ਚਾਂਦੀ ਦਾ ਬੂਸਾ ਲਿਆ ਹੈ ਇੰਜੇ ਬਾਪ ਜੰਨਤ ਦਾ ਦਰਮਿਆਨੀ ਦਰਵਾਜ਼ਾ ਮਾਂ ਜੰਨਤ ਬਾਪ ਜੰਨਤ ਦਾ ਦਰਵਾਜ਼ਾ ਦਰਵਾਜ਼ਾ ਨਾਰਾਜ਼ ਹੋਇਆ ਤੇ ਜੰਨਤ ਲੱਭਣੀ ਬੋਲੋ ਨਾ ਬਾਪ ਨਾਰਾਜ਼ ਹੋ ਗਿਆ ਬਾਪ ਇਹ ਦਰਵਾਜ਼ਾ ਦਰਵਾਜ਼ਾ ਪਹਿਲੇ ਜੰਨਤ ਬਾਅਦ ਵਿੱਚ ਦਰਵਾਜ਼ਾ ਪਹਿਲੇ ਮਸਜਿਦ ਬਾਅਦ ਵਿੱਚ ਦਰਵਾਜ਼ਾ ਪਹਿਲੇ ਘਰ ਬਾਅਦ ਵਿੱਚ ਤੇ ਮੋਲਾ ਮਾਇਕ ਨਾਲ ਫਰਮਾਉਂਦੇ ਨੇ ਅਗਰ ਦਰਵਾਜ਼ਾ ਨਾਰਾਜ਼ ਹੋ ਗਿਆ ਤੇ ਕਿਸੇ ਅੰਦਰ ਨਹੀਂ ਜਾਣ ਦੇਣਾ ਜਿੰਨੀ ਮਰੀ ਮਾਂ ਦੀ ਖਿਦਮਤ ਕਰ ਮਾਂ ਦੀਆਂ ਤਾਰੀਫਾਂ ਕਰ ਔਰ ਪਿਓ ਦੀ ਤਾਰੀਫ ਏਡੀ ਹੈ ਪਿਓ ਦੀ ਖਿਦਮਤ ਏਨੀ ਹੈ ਕਿ ਜਿਹੜਾ ਸਾਰੀ ਸਾਰੀ ਰਾਤ ਮਾਂ ਵੀ ਘਰ ਵਿੱਚ ਆਰਾਮ ਪਈ ਕਰਦੀ ਹੈ ਤੇ ਜਿੰਨਾ ਚਿਰ ਬੱਚੇ ਵੀ ਘਰ ਵਿੱਚ ਆਰਾਮ ਕਰਦੇ ਨੇ ਪਿਓ ਰਾਤ ਸਾਰੀ ਕਈ ਚੁੱਕੀ ਹੈ ਤੇ ਸਰਪਾਂ ਦੀਆਂ ਸੀਰੀਆਂ ਮਿਲ ਕੇ ਪਾਣੀ ਪੈ ਜਾਂਦਾ ਹੈ ਤੁਹਾਡੇ ਪਿਓ ਦੀ ਕਦਰ ਨਹੀਂ ਜਾਣਦਾ ਪਿਓ ਦੀ ਕਦਰ ਐਸੀ ਜਾਂ ਮੇਰੇ ਪਤਨੀ ਫਰਮਾਇਆ ਕਿ ਪਿਓ ਜੰਨਤ ਦਾ ਦਰਵਾਜ਼ਾ ਹੈ ਤੇ ਦਰਵਾਜ਼ਾ ਲਾਜ਼ੀ ਹੋਏਗਾ ਤੇ ਜੰਨਤ ਲੱਭਣੀ ਹੈ ਤੇ ਜੇ ਦਰਵਾਜ਼ਾ ਨਲਾਜ਼ ਹੋਇਆ ਤੇ ਜੰਨਤ ਕਿਸੇ ਵੜਨ ਦੇਣਾ ਨਹੀਂ ਇਸ ਵਾਸਤੇ ਮਾਂ ਤੇ ਪਿਓ ਇਹਨਾਂ ਦੋਨਾਂ ਨੂੰ ਰਾਜ਼ੀ ਕਰਨਾ ਪੈਣਾ ਹੈ ਤੇ ਮੇਰੇ ਨਬੀ ਦੇ ਆਉਣ ਤੋਂ ਪਹਿਲੇ ਨਾ ਕੋਈ ਮਾਂ ਦੀ ਕਦਰ ਜਾਣਦਾ ਸੀ ਨਾ ਕੋਈ ਨਾ ਬਾਪ ਦੀ ਕਦਰ ਜਾਣਦਾ ਸੀ ਨਾ ਕੋਈ ਬੇਟੀਆਂ ਦੀ ਕਦਰ ਜਾਣਦਾ ਸੀ ਨਾ ਕੋਈ ਪੁੱਤਰਾਂ ਨੂੰ ਇਹ ਵੇਖੋ ਮੇਰੇ ਮਦਨੀ ਕਰੀਮ ਆਕਾ ਹੈ ਤੇ ਮੇਰੇ ਆਕਾ ਫਰਮਾਇਆ ਪਿਓ ਜੰਨਤ ਦਾ ਦਰਮਾਨਾ ਦਰਮਿਆਨੀ ਦਰਵਾਜ਼ਾ ਹੈ ਮਾਂ ਜੰਨਤ ਹੈ ਤੇ ਲਜਪਾਲ ਕਰੀਮ ਆਕਾ ਫਰਮਾਇਆ ਪੁੱਤਰ ਨਿਮਤ ਹੈ ਧੀ ਰਹਿਮਤ ਹੈ ਨਿਮਤ ਮਿਲੇ ਫਿਰ ਵੀ ਖੁਸ਼ ਹੋਵੋ ਰਹਿਮਤ ਮਿਲੇ ਤੇ ਫਿਰ ਵੀ ਖੁਸ਼ ਹੋਵੋ ਮਾਲਕ ਜਿਹੜੀ ਚੀਜ਼ ਅਤਾ ਕਰੇ ਤੁਸੀਂ ਖੁਸ਼ ਹੋਵੋ ਇੱਥੇ ਪਾਕ ਰੱਬੁਲ ਆਲਮੀਨ ਨੇ ਆਪਣੇ ਪਾਕ ਕਲਾਮ ਦੇ ਅੰਦਰ ਵੀ ਇਰਸ਼ਾਦ ਫਰਮਾਇਆ ਤਵੱਜੋ ਹੋਵੇ ਤੇ ਜਰਾ ਸੁਣਾਵਾਂ ਉੱਚੀ ਬੋਲੋ ਸੋਹਣੇ ਰੱਬੁਲ ਆਲਮੀਨ ਨੇ ਆਪਣੇ ਸੋਹਣੇ ਪਾਕ ਕਲਾਮ ਦੇ ਅੰਦਰ ਫਰਮਾਇਆ ਕੁਲ ਬਿਫਦਲਿਲਾਹਿ ਵਬਿਰਹਿਮਤਿਹਿ ਫਬਿਦਾਲਿਕਾ ਫਲਯਫਰਹੂ ਹੁਵਾ ਖੈਰੁ ਸੋਹਣੇ ਰੱਬੁਲ ਆਲਮੀਨ ਨੇ ਇਰਸ਼ਾਦ ਫਰਮਾਇਆ
ਜਦੋਂ ਰੱਬ ਦਾ ਫਜ਼ਲ ਮਿਲ ਜਾਵੇ ਉਹਦੀ ਰਹਿਮਤ ਮਿਲ ਜਾਵੇ ਫਿਰ ਖੁਸ਼ੀਆਂ ਕਰਿਓ ਮੇਰਾ ਨਬੀ ਰੱਬ ਦੀ ਰਹਿਮਤ ਵੀ ਏ ਮੇਰਾ ਨਬੀ ਰੱਬ ਦਾ ਫਜ਼ਲ ਵੀ ਏ فضل ملے تے خوشیاں کرو رحمت ملے تے خوشیاں کرو آس کیویں خوشیاں کرنی ہیں اسی اس واسطے خوشیاں کرنی ہیں خیر میں جناب نوں دو چیزاں دے اُتے پہلو تے گفتگو کرنا چاہنا ایک پہلو نبی دی آمد حوالے دو چار گلاں دوسرا پہلو عاشقاں دی مدینہ پاک میں حاضری عاشقاں دی مدینہ پاک حاضری آخر تے انشاءاللہ العزیز توجہ فرمایا تواڈے میرے دل وچ پال کریمہ کیوں تڑپ لگدی ہے جڑا ایک واری مکہ ویکھایا ہے پھر دل کردا ہے ایک واری مدینہ ویکھایا ہے اودا پھر دل کردا ہے جیوں نہ عاشقاں پوچھو جڑے مدینے تو جدا ہوندے نے جدوں جس ویلے اساں گئے تھا ساڈا یار سی جدوں مکے تو مدینے گئے تے مدینے تو واپسی مکے آئے تے مکے تو پھر مدینے تے مدینے تو واپسی جس ویلے آن لگے تے جناب من دل دے اندر اینا جناب من جذبہ تے اینا جذبہ سی دل دے اندر اینی محبت سی پیار سی اوے جتھے جتھے مسجد حرام رب کعبہ دی قسم احرام دے بنن تک ہر بندے دے اکھاں وچ آنسو سن سونیا اج میں جدا ہون لگا کھرے باری آونی ہے کہ نہیں خبرے کدوں ہونا ہے کہ نہیں جڑے حاجی آنے جنہیں نہیں ویکھیا ہے او بھی ترسدا ہے تڑپدا ہے جڑا ویکھ آیا ہے چوکھا ترسدا ہے آندا کاش کہ دوبارہ پھر موقع مل جاوے میرے مدنی کریمہ کا دنیا دے اندر جو ہے رب نے اتنی محبت ساڈے دلاں وچ مدنی کریمہ کا دے روز دی پا چھڈی جنہاں نے نہیں ویکھیا انہاں دا حال تے جنہاں ویکھیا ہوئے گا انہاں دا کی حال ہوئے گا اجی او نبی آ گئے جڑا مینوں ہی بوتاں تو پاک کر
اسلام کے مطابق پرورش کر کے اجنا بے من اگے ٹور چھڑیاں
مطابق میرے مدنی فرمایا جنے تو میں عملا جڑیاں نے کیا ماتا جو بندہ میرے نار اینج ہوئے گا جنے تو میں عملا جڑیاں کتا خوش نصیب و بندہ خیر میں دسنا جانا میرے آقا آئے آقا آیا کے ماں دا مقام دسیا ਉਹਦੀ ਸ਼ਾਨ ਦੱਸੀ ਧੀਆਂ ਦੀ ਸ਼ਾਨ ਦੱਸੀ ਅੱਜ ਦੇਖਿਆ ਜੇ ਮੀਆਂ ਮੁਹੰਮਦ ਬਖਸ਼ਾਰ ਵੇ
عظیم البرکت امام اہل سنت مجدد دین و ملت
شاہ امام احمد رضا خان فاضل بریلی رضی اللہ تعالی عنہ پانی جیل وجہ ہے سبحان اللہ ہاں میرے ولكن يجب ان يكون هناك سيد الشيخ احمد رفاعي علي
سارے ہیرانا سید عامر رفائی اعلی حضرت عظیم البرکت امام اہل سنت مجدد دین و ملت اشائی امام عامر رضا خان فاضل بریلوی 300 صفحہ نمبر 375 دے لکھدے پئے سید شیخ احمد رفائی رضی اللہ تعالی عنہ ہر ویلے حاجی نو آندے میرا بھی سلام لے جا میرا بھی سلام لے جا او جان والے آو میرا بھی سلام لے جا سلام دے کے تے شادی نماز پڑھ کے قبلے والے منہ کر کے مدینے والے منہ کر کے آندے نے سبز
اشتركوا
پوریاں کرن واسطے فرماواں گے اوے میرے پراو اے نبی پاک دا میلاد دا مہینہ ایڈی عظمت والا ایڈی شان والا مہینہ ہے جڑا اس مہینے عمرہ کردا ہے رب حج دا ثواب دیندا جنا مرضی ٹر لا لو حکومت والے او اوے میں دعا کرنا دعا کرو شالا رب عمر ورگا حاکم دے تے اپنا سارے مدینے چلی جائے آمین انہاں دا بیڑا کرے کرو جنے مرضی مہنگے کر لو عمرے تے جتے مرضی مہنگے کر لو حج جنا جانا جنو سائیں بلانا اے اونے جانا ہی جانا ہے جدوں 50000 سی اودوں وی جاندے سن جدوں لاکھ ہو گیا سن لاکھ دے گئے تے تو لاکھ سی اودوں وی جاندے سن ہن کنا ہے ਸਾਡੇ ਘਰ ਚਲੇ ਦੂਸਰੇ ਜਿਹੜੇ ਮਿਲਾਦ ਖਰੋਤੇ ਉਹ ਨਿਕਲ ਤੁਹਾਨੂੰ ਕੀ ਹੋਇਆ ਆਂਦਾ ਸਾਨੂੰ ਨਬੀ ਸਾਨੂੰ ਲੱਭਣਾ ਹੀ ਕੱਖ ਨਹੀਂ ਮੇਰੇ ਮਦਨੀ ਦੇ ਆਉਣ ਦੀ ਖੁਸ਼ੀ ਹੋਏ ਕਰੇਗਾ ਜਿਹੜਾ ਜਿਹੜਾ ਸੋਨਿਆ ਮਾਲ ਵੀ ਤੇਰਾ ਸਦਕਾ ਔਲਾਦ ਵੀ ਤੇਰਾ ਸਦਕਾ ਇੱਜ਼ਤ ਵੀ ਤੇਰਾ ਸਦਕਾ ਸੋਨਿਆ ਜੋ ਕੁਛ ਵੀ ਹੈ ਸਭ ਤੇਰਾ ਸਦਕਾ ਸਾਨੂੰ ਲੱਭਿਆ ਹੈ ਤੇ ਜਿਹਨੂੰ ਹਜ਼ੂਰ ਦਾ ਸਦਕਾ ਮਿਲਿਆ ਨਾ ਉਹ ਮਸੀਤਾਂ ਵੀ ਸਜਾਓ ਰਾਮਾ ਵੀ ਸਜਾਓ ਪਰ ਕੋਈ ਪਤਾ ਨਹੀਂ ਬੜੇ ਬੜੇ ਕੋਠੀਆਂ ਵਾਲੇ ਕੋਠੀਆਂ ਸਜਾ ਕੇ ਇੰਤਜ਼ਾਰ ਕਰਦੇ ਰਹੇ ਵੀ ਮੱਕੇ ਨੂੰ ਸੋਹਣਾ ਚੱਲ ਪਿਆ ਤੇ ਮਦੀਨੇ ਆ ਗਿਆ ਤੇ ਸਾਡਾ ਕੰਮ ਜਾਣਾ ਬਣ ਕੋਈ ਆਖਿਆ ਜੀ ਮੈਂ ਬੜਾ ਅਮੀਰ ਹਾਂ ਮੇਰੇ ਲਿਆਉਣਗੇ ਕਿਸੇ ਆਖਿਆ ਮੈਂ ਬੜਾ ਅਮੀਰ ਹਾਂ ਮੇਰੇ ਲਿਆਉਣਗੇ ਸੈਯਦ ਅਯੂਬ ਅਨਸਾਰੀ ਰਜ਼ੀ ਅੱਲਾਹੁ ਤਾਲਾ ਨੂੰ ਆਪਣੀ ਕੱਚੀ ਕੁੜੀ ਦੇ ਵਿੱਚ ਬਹਿ ਕੇ ਅੰਦਰ ਮਦੀਨੇ ਦੇ ਪਾਸੇ ਮੂੰਹ ਕਰਕੇ ਮਦੀਨੇ ਦੀ ਮੁਹੱਬਤ ਦਿਲ ਚ ਰੱਖ ਕੇ ਤੇ ਰੋ ਕੇ ਆਉਂਦੇ ਨੇ ਮੇਰੇ ਲਈ ਕੀ ਨਹੀਂ ਆਉਣਾ ਮੈਂ ਕਿ ਮਾੜਾ ਹਾਂ میرے نبی نے اپنی سواری نو فرمایا سواری اساں کوٹھیاں تے بنگلے دی ویندی اساں اندر والا بیڑا وینیا ایوب نے اندر والا بیڑا صاف کیتا ہے آپ نے کوشش کریے مسیتا ضرور سجائیے گھر بھی سجائیے محلے بھی سجائیے جھڑیاں بھی لائیے پر اس تو پہلے اندر والا بیڑا سجانا ہے جنی دیر اندر والے بیڑے وچ نبی دی محبت نہیں آنی اونی دیر ساڈا باہر دا بیڑا کام سجاون دا کام آنا اندر والا ویڑا سجے گا تے اے بھی سج جانا اندر والا ویڑا سجنا دے چہرہ بھی سج جانا ہے اندر والا ویڑا انہاں دے کپڑے بھی کھلے کھلے آ جانے اندر والا ویڑا سجنا ہے حرام چلا جانا ہے حلال ہونا ہے اندر والا ویڑا سج جائے گا تے غیبت چلی جانی ہے چگلیاں مک جانیاں نے غیبتاں مک جانیاں نے برائی مک جانی ہے بے حیائی مک جانی ہے ہر پاسیوں منہ موڑنا پینا ہے تے مدینے والے نال جوڑنا پینا ہے سونا جگتے آیا جگتے آ کے جگ نو بسایا میں کدھر کہوں گا عربی ٹھولا جگتے آیا جگتے آ کے جگ نو عربی ڈھولا تیرے دین سونے حسن سونے حسین سونے عربی ڈھولا تیرے دین سونے شیخین سونے حسنین سونے شیخین سونے حسنین سونے پڑھو عربی ڈھولا جگتی آیا جگتی آ کے جگ